है परवाह किसी की नहीं नहीं चलाला चलाला केड़ी गल आ तेरे को किसी ने कुछ किया ਉਹਨੇ ਹੱਥ ਜੇ ਮਾਰਦਾ ਪੁੱਤ ਪੁੱਟੇ ਛੱਡੇ ਤੂੰ ਵੀ ਇਹਦਾ ਹੀ ਫੋਨ ਆਵੇ ਇੱਧਰ ਆਓ ਵੇਖ ਆਹ ਬੈਠਾ ਵਿਚਾਲਿਆ ਇਹਦੇ ਨੂੰ ਵੇਖ ਲਓ ਆਵੇ ਕਾਵੇ ਆਵੇ ਜਿਹੜਾ ਜੀਪਾ ਕੱਢਦਾ ਹੁਣ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਅੱਜ ਦੇ ਵਲੌਗ 'ਚ ਤੁਹਾਡਾ ਫੇਰ ਸਵਾਗਤ ਅਤੇ ਨਵੇਂ ਵਲੌਗ ਦੀ ਸ਼ੁਰੂਆਤ ਕਰਦੇ ਇੱਕ ਨਵੇਂ ਦਿਨਾਂ 'ਤੇ ਅੱਜ ਮੌਸਮ ਤੁਸੀਂ ਵੇਖ ਹੀ ਲੈਣਾ ਕਾਫੀ ਧੁੰਦ ਪਈ ਹੋਈ ਆ ਅਤੇ ਕੱਲ੍ਹ ਪੂਰੀ ਗਰਮੀ ਸੀ ਕੱਲ੍ਹ ਕਿਤੇ ਟੀ ਸ਼ਰਟਾਂ 'ਚ ਹੁੰਦੇ ਫਿਰਦੇ ਪੱਖੇ ਵੀ ਚੱਲਦੇ ਸੀ ਅਤੇ ਇੱਕ ਦਿਨ ਧੁੱਪ ਲੱਗ ਗਈ ਅਤੇ ਅੱਜ ਥੋੜ੍ਹਾ ਮੌਸਮ ਜਿਹੜਾ ਠੰਡਾ ਹੋ ਗਿਆ ਨਾ ਅਤੇ ਧੁੰਦ ਪੈ ਗਈ ਨਾ ਅਤੇ ਗੱਡੀ ਆਪਾਂ ਕਰਤੀ ਸਟਾਰਟ ਰੋਟੀ ਰੋਟੀ ਖਾ ਲਈ ਤਿਆਰ ਹੋ ਗਏ ਅਤੇ ਚਲੋ ਚੱਲਦੇ ਹੁਣ ਫੈਕਟਰੀ 'ਤੇ ਫੈਕਟਰੀ ਜਾ ਕੇ ਫਿਰ ਕਰਦੇ ਗੱਲਬਾਤ ਅਤੇ ਰਾਤੀਂ ਇੱਕ ਬਠਿੰਡੇ ਗਿਆ ਸੀ ਕੰਮ ਕਰਨ ਉਹ ਕੰਮ ਫਿਨਿਸ਼ ਹੋ ਗਿਆ ਉਹ ਵੀ ਆ ਗਿਆ ਅਤੇ ਅੱਜ ਜਾਣਾ ਇੱਕ ਆਪਣੀ ਦਸੂਏ ਤੁਹਾਨੂੰ ਦੱਸਿਆ ਕੱਲ੍ਹ ਕਿਚਨ ਗਈ ਆ ਉਹ ਫਿੱਟ ਕਰਵਾਉਣੀ ਆ ਅਤੇ ਇੱਕ ਜਾਣਾ ਵਾ ਤਲਵੰਡੀ ਡੋਗਰਾ ਅੰਮ੍ਰਿਤਸਰ ਨੀਅਰ ਬਿਆਸ ਅੰਮ੍ਰਿਤਸਰ ਦੇ ਕੋਲ ਇੱਕ ਕਿਚਨ ਆਪਣੀ ਭੇਜੀ ਇੱਕ ਉਹ ਕਰਵਾਉਣੇ ਹੈ ਨਾ ਅਤੇ ਚਲੋ ਚੱਲਦੇ ਪਹਿਲਾਂ ਫੈਕਟਰੀ ਦੇਖਦੇ ਕੌਣ ਕੌਣ ਆਇਆ ਫਿਰ ਉਸ ਹਿਸਾਬ ਨਾਲ ਪਲੈਨ ਕਰਦੇ ਆ ਅਤੇ ਠੀਕ ਹੈ ਜੀ ਮਿਲਦੇ ਫਿਰ ਉਹ ਜੀ ਆਪਾਂ ਪਹੁੰਚ ਗਏ ਫੈਕਟਰੀ ਹੈ ਨਾ ਅਤੇ ਅੱਜ ਧੁੰਦ ਵਾਕਿਆ ਬਹੁਤ ਸੀ ਰੋਡ ਦੇ ਉੱਤੇ ਨਾ ਅਜੇ ਵੀ ਕੈਮਰੇ ਥੋੜ੍ਹੀ ਘੱਟ ਲੱਗਦੀ ਪਰ ਰੀਅਲ ਅੱਖਾਂ ਨਾਲ ਵੇਖੇ ਤਾਂ ਬਹੁਤ ਜ਼ਿਆਦਾ ਧੁੰਦ ਆ ਨੀਂਦਾਂ ਨਹੀਂ ਜਦੋਂ ਗੱਡੀ ਚਲਾਉਂਦੇ ਆਪਾਂ ਨਾ ਅਤੇ ਕੱਲ੍ਹ ਨੂੰ ਜਿਹੜਾ ਦੁੱਧ ਕੱਢ ਕੇ ਬਣਾਉ ਚਾਹ ਚੂ ਚੰਗੀ ਆ ਅਤੇ ਚਲੋ ਚੱਲਦੇ ਅੰਦਰ ਅਤੇ ਚਲਾਉਣੇ ਕੰਮ ਅੱਜ ਮੈਂ ਅੱਗ ਬਾਲਣੀ ਅੱਜ ਖੰਨਾ ਇਹਦਾ ਅੱਜ ਅੱਗ ਬਾਲਣੀ ਹੈ ਅਸੀਂ ਆਪਾਂ ਪੰਪ ਤੋਂ ਪਵਾ ਕੇ ਤੇਲ ਅਤੇ ਹੁਣ ਚੱਲੇ ਹਾਂ ਪਿੰਡ ਨੂੰ ਪਿੰਡ ਅੱਜ ਇੱਕ ਖੰਡ ਪੜਦਾ ਭੋਗ ਸੀਗਾ ਨਾ ਉਹਨਾਂ ਦੇ ਜਾਣਾ ਮੱਥਾ ਟੇਕਣ ਅਤੇ ਫਿਰ ਜਾਣਾ ਜੀਰੇ ਅਤੇ ਪਹਿਲਾਂ ਟੇਕ ਚੱਲਦੇ ਹਾਂ ਆਪਾਂ ਭੋਗ 'ਤੇ ਅਤੇ ਟੇਕਦੇ ਹਾਂ ਮੱਥਾ ਅਤੇ ਫਿਰ ਉੱਥੋਂ ਚੱਲਾਂਗੇ ਆਪਾਂ ਜੀਰੇ ਜਾਂ ਇੱਥੋਂ ਫੈਕਟਰੀ ਥੋੜ੍ਹਾ ਕੰਮ ਆ ਕੇ ਫਿਰ ਜਾਣਾ ਵਾ ਅਤੇ ਚਲੋ ਚੱਲੀਏ ਫਿਰ ਭੋਗ ਤੋਂ ਹੋ ਕੇ ਆਪਾਂ ਪਹੁੰਚ ਗਏ ਸੀ ਫੈਕਟਰੀ ਫੈਕਟਰੀ ਡੇਢ ਕੁ ਘੰਟਾ ਕੰਮ ਕੀਤਾ ਇੱਕ ਦੋ ਕੰਮ ਕਰਾਉਣ ਵਾਲਾ ਸੀ ਉਹ ਕਰਾ ਕੇ ਅਤੇ ਹੁਣ ਮੈਂ ਚੱਲਿਆ ਵਾਂ ਘਰੇ ਰੋਟੀ ਖਾਣੀ ਇੱਕ ਤਾਂ ਇੱਕ ਵੱਜ ਗਿਆ ਟਾਈਮ ਦੁਪਹਿਰ ਦਾ ਹੋ ਗਿਆ ਸਵਾ ਕੁ ਇੱਕ ਦਾ ਅਤੇ ਇੱਕ ਜੀਰੇ ਜਾਣਾ ਵਾ ਜੀਰੇ ਸਿਮਰਨ ਦੀ ਮੈਡੀਸਨ ਵੀ ਲੈ ਕੇ ਆਉਣੀ ਹੈ ਨਾ ਅਤੇ ਚਲੋ ਚੱਲਦੇ ਆਪਾਂ ਪਹਿਲਾਂ ਪਿੰਡ ਨੂੰ ਘਰੋਂ ਲੈ ਕੇ ਅਤੇ ਫਿਰ ਲਿਆ ਕੇ ਮੈਡੀਸਨ ਅਤੇ ਫਿਰ ਰੋਟੀ ਰਾਟੀ ਖਾ ਕੇ ਅਤੇ ਫਿਰ ਆਵਾਂਗੇ ਆਪਾਂ ਫੈਕਟਰੀ ਦੇ ਵਿੱਚ ਪਹਿਲਾਂ ਜੀਰੇ ਵਾਲੇ ਕੰਮ ਨਿਬੇੜ ਦੀ ਹੈ ਨਾ ਇੱਕ ਦੋ ਕਰਾਉਣੇ ਆ ਅਤੇ ਉਹ ਕਰਕੇ ਆ ਕੇ ਅਤੇ ਫਿਰ ਆਉਣੇ ਆ ਵੈਸੇ ਵੀ ਛੁੱਟੀ ਬੈਂਕ ਬੁੰਕ ਵਾਲਾ ਤਾਂ ਕੋਈ ਕੰਮ ਹੁੰਦਾ ਨਹੀਂ ਹੈ ਸਾਡੀ ਛੁੱਟੀ ਵਾਲੇ ਦਿਨ ਅਤੇ ਇੱਕ ਦੋ ਚੀਜ਼ਾਂ ਖਰੀਦਣੀਆਂ ਅਤੇ ਉਹ ਸਮਾਨ ਜਿਹਾ ਲੈ ਕੇ ਆਉਣਾ ਥੋੜ੍ਹਾ ਉਹ ਲੈ ਆਈਏ ਚਲੋ ਮਿਲਦੇ ਹਾਂ ਫਿਰ ਜੀ ਆਪਾਂ ਪਹੁੰਚ ਗਏ ਹਾਂ ਜੀਰੇ ਅਤੇ ਸਿਮਰਨ ਨਹੀਂ ਗਈ ਆ ਮੰਮੀ ਅਤੇ ਸਿਮਰਨ ਗਈ ਦਵਾਈ ਲੈਣ ਅਤੇ ਕਰਕੀਰ ਤਾਂ ਮੇਰੇ ਕੋਲ ਪਿਆ ਹੈ ਨਾ ਇਹ ਸੁੱਤਾ ਉੱਠਿਆ ਹੋਣੇ ਹੁਣੇ ਹੈ ਨਾ ਅਤੇ ਮੈਂ ਚੱਲ ਸੌ ਜਾ ਤੂੰ ਗੱਡੀ 'ਚ ਬਹਿ ਜਾ ਉਹ ਦਵਾਈ ਲੈ ਕੇ ਆ ਜਾਂਦੀ ਕਿਉਂਕਿ ਅੱਜ ਗਰਮੀ ਵੀ ਥੋੜ੍ਹੀ ਜ਼ਿਆਦਾ ਹੈ ਨਾ ਗਰਮੀ ਹੈ ਨਾ ਅੱਜ ਗਰਮੀ ਆ ਬਸ ਉਹਨੇ ਸੁੱਤਾ ਉੱਠ ਕੇ ਸੁਸਤੀ ਪਾਈ ਆ ਅਤੇ ਦਵਾਈ ਲੈ ਕੇ ਫਿਰ ਆਪਾਂ ਚੱਲਦੇ ਨਾ ਫਿਰ ਥੋੜ੍ਹਾ ਬੜਾ ਸਮਾਨ ਲੈਣਾ ਵਾ ਫਿਰ ਉਹਨਾਂ ਨੂੰ ਅੱਧਾ ਘੰਟਾ ਲੱਗ ਜਾਣਾ ਹੋਸਪਿਟਲ ਦੇ ਅੰਦਰ ਅਤੇ ਆਪਾਂ ਜੀਰਾ ਗਲੋਬਲ ਹੋਸਪਿਟਲ ਨਹੀਂ ਜਿਹੜਾ ਉੱਥੇ ਆਏ ਦਵਾਈ ਲੈਣ ਤੇਰੇ ਪਿਆਰ ਵਾਂਗੂ ਮੈਨੂੰ ਕੀ ਅਕਤ ਸੀ ਤੇਰੇ ਪਿਆਰ ਦੀ ਤਰੀਕ ਨੇੜੇ ਦੱਸਦੀ ਹਵੇਲੀ ਹੁੰਦੀ ਰੰਗ ਸੋਹਣਿਆ ਵੇ ਨਾ ਪੁੱਤ ਲਓ ਜੀ ਹੁਣ ਆਪਾਂ ਆ ਗਏ ਜੀ ਦਵਾਈ ਲੈ ਕੇ ਮੈਡੀਸਨ ਗੁਰਗੀਤ ਨੇ ਕੀ ਖਾਣਾ ਆ ਵਾ ਪੀਜ਼ਾ ਗੁਰਗੀਤ ਪੀਜ਼ਾ ਖਾਣ ਆ ਗਿਆ ਜੀ ਯਾਰ ਬਹੁਤ ਟਾਈਮ ਲਾ ਦੇਣਾ ਅੱਗੇ ਕਿਤੇ ਨਾ ਇਹਨਾਂ ਨੂੰ ਪੌਣਾ ਘੰਟਾ ਪੂਰੇ ਬਹਿਣਾ ਪਿਆ ਇੱਥੇ ਕੀ ਤਾਂ ਆਪ ਕਹਿਣ ਗਿਆ ਚਲਾ ਇਹਦਾ ਪੀਜ਼ਾ ਖਾਣਾ ਵਾ ਕਹਿ ਦੇਖਦਾ ਹੁਣੇ ਜੀ ਆ ਗਿਆ ਗੁਰਕੀਰਤ ਸਾਡੇ ਦਾ ਪੀਜ਼ਾ ਹੈ ਨਾ ਗੁਰਕੀਰਤ ਪੀਜ਼ਾ ਖਾਊਗਾ ਹੁਣ ਕੀ ਲਿਆ ਪੀਜ਼ਾ ਤਾਂ ਖਾ ਲਓ ਬਰਗਰ ਇੰਨਾ ਕਿੱਥੋਂ ਖਾ ਲਏਗਾ ਤੂੰ ਢਿੱਡੀ ਨਿੱਕਾ ਜਿਹਾ ਢਿੱਡ ਆ ਤੇਰਾ ਪੱਕਾ ਚੱਲਦਾ ਹਾਂ ਆਹ ਵਜਣਾ ਵਜਾਉਣਾ ਛੱਕੂ ਇੱਧਰ ਰਹੇ ਹੋਏ ਹੋਏ ਕਾਰੀਗਰ ਕਿਵੇਂ ਕਿਉਂ ਹੈ ਪਰਵਾਹ ਕਿਸੇ ਦੀ ਨਹੀਂ ਨਹੀਂ ਚਲਾਲਾ ਚਲਾਲਾ ਕਿਹੜੀ ਗੱਲ ਆ ਤੈਨੂੰ ਕਿਹੜਾ ਕਿਸੇ ਨੇ ਕੁਛ ਕਿਹਾ ਉਹਨੇ ਹੱਥ ਜੇ ਮਾਰਦਾ ਪੁੱਤ ਪੁੱਟੇ ਛੱਡੇ ਤੂੰ ਵੀ ਇਹਦਾ ਹੀ ਫੋਨ ਆਵੇ ਇੱਧਰ ਆਓ ਵੇਖ ਆਹ ਬੈਠਾ ਵਿਚਾਲਿਆ ਇਹਦੇ ਨੂੰ ਵੇਖ ਲਓ ਆਵੇ ਜੀਪਾ ਕੱਢਦਾ ਹੁਣ ਟਾਈਮ ਹੋ ਗਿਆ ਜੀ ਕਿੰਨਾ
टाइम हो गया 5:53 तो आप चले जीरे है ना, तो फैक्टरी और अद्धा घंटा चलूगी तो आप जीरो समान लेना। कल का प्रोग्राम दसदा तुहानू एक मिनट, दा प्रोग्राम अपना काफ़ी लंबा वा ना, कल आप निकलेंगे कितने 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 राजस्थान होना, तो पदमपुर गंगानगर तो अगे जाना वाहवा, तो रूट भी काफ़ी लंबा वेख रहे तड़के सुबह किन्ने 3-4 बजे निकलते हैं ना, वेलिंग निकल की कोशिश करा, तो धुप बड़ी वधिया लगी, रंग बड़ा वधिया आ रहा है, तो ठीक है चलते हूँ आप जीरे थोड़ा समान खरीदना वा, तो कल जाना फिर आप पदमपुर डप्पा पहुँच गए जीरे, तो गड्डी खिलार दी लैसे, तो गड्डी खिलारना वो जाना मगर, पर गड्डी बड़ी मूहरे खड़ जाती है अपनी, मतलब स्पेस जगह नहीं मिलती इतने जीरे जो भी गड्डी खिलारनी हो, आप गांह जाके ला के आए गड्डी में, जाना वो मगर 1.5 किलोमीटर मगर तुर के आना, चलो इन्ना सैर भी हो जाए, ट्रैफिक बहुत रहता जीरे अच्छा गड्डिया सारियाँ रोड के उपर ही लगे हुई, गवाचा फरता बेचारा। आप पहुँच गए घर है ना, तो सब तो पहले पग लाने अज ना बहुत सिर मतलब ना सवेर का ही फटी ही जाता है ना, तो थोड़ा जहा वेले भी सी कोई काम कार तो है नहीं सी, ता करके थोड़ा जहा हो जाता है ना, तो ध्यान जहाँ उस वालू लगा रहा नहीं तो बंदा सही रहा, अभी पग देना लाड़ जो कन्ने के उत्तों थरड़े जो बेस बने उत्तों ही निकल गया, वो करके थोड़ा ज़्यादा भी दुख रहा, तो चलो पग ला के करते रैसट फिर रोटी रोटी खा के, फिर आप सैर करा, तो फिर ब्लॉग का करेंगे एंड, तो करते गल्ला बातों अपन ब्लॉग बनाने के शौक के नाल ब्लॉग वेखन का भी चंगा लगता है ना, वो चुप करके तो गल कर लेंगे बात, अपन ब्लॉग बनाने के नाल नाल ब्लॉग वेखन का भी शौक, तो बाई कोदा तो बाई देव है ना, बहुत वधिया ब्लॉगिंग करते इन्हों का, मैं काफ़ी ब्लॉग वेना भी रहना है ना, तो चंगे लगते तुम भी रहोगे जेडे जेडे भी कमेंट करके जरूर दस्यो, तो आप बाई कोदे बाई देव के काफ़ी ब्लॉग भी देखते हैं, आप भी बाहर पड़ा पुणा घूमने का शौक वेलो इन्हों पहाड़ वाले भी ज्यादा ब्लॉग में देखता रहना, वधिया चीज़ लगती रोटी आप खा, तो अज के ब्लॉग का आप करते हैं एंड, तो नेरा भी काफ़ी हो गया है ना, रात हो गई है, तो अज थोड़ा जहा जल्दी सौवे है ना, तो जल्दी सौ के सवेरे तुम पता सुबह जाना मैं राजस्थान, तो करते हैं तैयारी है ना, जो समान समून मैं क्ढ लिया गड्डी रात को आऊगी स्विफ्ट है ना, क्योंकि स्विफ्ट लैके जानी ये तो लैके नहीं जानी, तो हजे दसूए आ दसूए और 3 घंटे नहीं मुड़ते है ना, मैंने कहा चलो रात को 10-11 बजे आऊगी उन्होंने कहोंगे रात को 10-11 बजे हरदीप को कहूँगा मैं अंदर लवा लूँगा गड्डी, तो मैं सुबह निकल जाऊँगा है ना, तो चलो जी ठीक है जी, अज के ब्लॉग का आप करते हैं एंड, तो सैर आप कर लगे, तो मिलते हैं फिर तुम नैक्सट ब्लॉग के, तो ब्लॉग चंगा लगा शेयर जरूर कर दौ, आपका फेस तो नहीं विखा सकता क्योंकि मैं विखाने योग नहीं हाँ, कल दिखावगा तुम फेस।